ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਕੱਲ ਪਤਾ ਲੱਗਾ ਕਿ ਬੱਬੂ ਮਾਨ ਜੀ ਦੀ ਗੱਡੀ ਕਿਸੇ ਨੇ ਚੋਰੀ ਕਰ ਲਈ ਉਹਨਾਂ ਦੇ ਦਫ਼ਤਰ ਦੇ ਬਾਹਰੋਂ ਤੇ ਸੁਣ ਕੇ ਬੜਾ ਦੁੱਖ ਲੱਗਿਆ ਕਿਉਂਕਿ ਜਿੱਦਾਂ ਉਹਨਾਂ ਨੇ ਆਪਣੇ ਪੇਜ ਤੇ ਦੱਸਿਆ ਕਿ ਉਸ ਗੱਡੀ ਨਾਲ ਉਹਨਾਂ ਦੀਆਂ ਬਹੁਤ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਉਸ ਗੱਡੀ ਨੂੰ ਚਲਾਉਂਦੇ ਰਹੇ ਆ ਤੇ ਉਹ ਵੀ ਕਾਫੀ ਟਾਈਮ ਤੋਂ ਚਲਾ ਰਹੇ ਸੀਗੇ ਤੇ ਉਸ ਚੀਜ਼ ਤੇ ਗੀਤ ਲਿਖਿਆ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਉਹ ਕੱਲ ਪਤਾ ਲੱਗਾ ਨਵਾ ਇੱਕ ਪੰਗਾ ਪੈ ਗਿਆ ਹੋ ਮਾਨ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਹਾਂ ਕੱਲ ਪਤਾ ਲੱਗਾ ਨਵਾ ਇੱਕ ਪੰਗਾ ਪੈ ਗਿਆ ਜੀ ਮਾਨ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਕਿ ਕਰੀ ਉਹ ਬੜੀ ਮਾਨ ਸਾਹਿਬ ਨੂੰ ਪਿਆਰੀ ਸੀ ਬਾਬੂ ਸਿੰਘ ਮਾਨ ਦੀ ਵੀ ਹੁੰਦੀ ਓ ਸਵਾਰੀ ਸੀ ਕਾਰ ਓ ਬੜੀ ਮਾਨ ਸਾਹਿਬ ਨੂੰ ਪਿਆਰੀ ਸੀ ਬਾਬੂ ਸਿੰਘ ਮਾਨ ਦੀ ਵੀ ਹੁੰਦੀ ਓ ਸਵਾਰੀ ਸੀ ਲੈ ਕੇ ਕੀਮਤੀ ਨਿਸ਼ਾਨੀ ਕਿਹੜੇ ਰਾਹੇ ਪੈ ਗਿਆ ਮਾਨ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਜੀ ਬੱਬੂ ਮਾਨ ਦੀ ਮਰੂਤੀ ਕੋਈ ਚੋਰ ਲੈ ਗਿਆ ਕਿਹੜੀ ਗੱਲਾਂ ਐਵੇਂ ਜਜ਼ਬਾਤਾਂ ਨਾਲ ਖੇਡਦਾ ਭੋਲਿਆ ਕਿਉਂ ਫਿਰ ਇਸ ਉੱਤੇ ਸੱਪ ਨੂੰ ਤੂੰ ਛੇੜਦਾ ਕਿਹੜੀ ਗੱਲੋਂ ਐਵੇਂ ਜਜ਼ਬਾਤਾਂ ਨਾਲ ਖੇਡਦਾ ਭੋਲਿਆ ਕਿਉਂ ਫਿਰੇ ਖੰਟ ਵਾਲੇ ਨੂੰ ਤੂੰ ਛੇੜਦਾ ਫਿਰ ਰੋਵੇਂਗਾ ਕਸੂਤਾ ਜਦੋਂ ਪੰਗਾ ਪੈ ਗਿਆ ਮਾਣ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਜੀ ਬੱਬੂ ਮਾਣ ਦੀ ਮਰੂਤੀ ਕੋਈ ਚੋਰ ਲੈ ਗਿਆ ਤੇਰਾ ਬੰਨਾ ਨਹੀਂ ਕੁਝ ਘਾਤੋਂ ਹੁੰਨਾ ਬਦਨਾਮ ਤੂੰ ਦੇ ਕੇ ਸਾਡੀ ਚੀਜ਼ ਲੈ ਜਾ ਬਣਦਾ ਇਨਾਮ ਤੂੰ ਤੇਰਾ ਬੰਨਣਾ ਨਹੀਂ ਕੁਝ ਕਾ ਤੋਂ ਹੁਨਾ ਬਦਨਾਮ ਤੂੰ ਦੇ ਕੇ ਸਾਡੀ ਚੀਜ਼ ਲੈ ਜਾ ਬਣਦਾ ਇਨਾਮ ਤੂੰ ਕਿਹੜੀ ਗੱਲਾਂ ਐਵੇਂ ਪੁੱਠੇ ਰਾਹੇ ਪੈ ਗਿਆ ਮਾਣ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਜੀ ਬੱਬੂ ਮਾਣ ਦੀ ਮਰੂਤੀ ਕੋਈ ਚੋਰ ਲੈ ਗਿਆ ਕਿ ਬਣ ਜਾਣੇ ਸਾਰੇ ਵੈਰੀ ਤੇਰੀ ਜਾਣਦੇ ਜਿੰਨੇ ਵੀ ਕਟੜ ਫੈਣ ਖੰਟ ਵਾਲੇ ਮਾਣ ਦੇ ਹਾਂ ਬਣ ਜਾਣੇ ਸਾਰੇ ਇਹ ਵੈਰੀ ਤੇਰੀ ਜਾਣਦੇ ਜਿੰਨੇ ਵੀ ਕਟੜ ਫੈਣ ਖੰਟ ਵਾਲੇ ਮਾਣਦੇ ਰਾਣੀਪੁਰ ਵਾਲਾ ਤੈਨੂੰ ਸੱਚੀ ਗੱਲ ਕਹਿ ਗਿਆ ਮਾਣ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ ਜੀ ਮਾਣ ਸਾਹਿਬ ਦੀ ਮਰੂਤੀ ਕੋਈ ਚੋਰ ਲੈ ਗਿਆ